ਬੁਲੇਟ ਤੇ ਪਟਾਕੇ ਪਾਉਣ ਵਾਲੇ ਇੱਕ ਯੁਵਕ ਨੂੰ ਅਪਰਾ ਪੁਲਿਸ ਨੇ ਫੜ ਕੇ ਉਸ ਦਾ ਬੁਲੇਟ ਮੋਟਰਸਾਈਕਲ ਬੰਦ ਕਰ ਦਿੱਤਾ। ਅਪਰਾ ਪੁਲਿਸ ਚੌਂਕੀ ਦੇ ਹਵਲਦਾਰ ਕਮਲਜੀਤ ਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਲੋਕਾਂ ਵੱਲੋਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਅਪਰਾ ਬਾਜ਼ਾਰ ਦੇ ਲੋਕ ਬੁਲੇਟ ਤੇ ਪਟਾਕੇ ਪਾਉਣ ਵਾਲੇ ਅਤੇ ਪ੍ਰੈਸ਼ਰ ਹੌਰਨ ਚਲਾਣ ਵਾਲੇ ਮੁੰਡਿਆਂ ਕੋਲੋਂ ਬੇਹੱਦ ਦੁਖੀ ਹਨ, ਜਿਸ ਦੇ ਚਲਦੇ ਹੀ ਵਿਸ਼ੇਸ਼ ਨਾਕਾਬੰਦੀ ਕਰਕੇ ਵਾਹਨਾਂ ਤੇ ਲੱਗੇ ਪ੍ਰੈਸ਼ਰ ਹੌਰਨਾਂ ਨੂੰ ਉਤਾਰਿਆ ਗਿਆ ਤੇ ਇਸ ਦੌਰਾਨ ਹੀ ਗੁਰਪ੍ਰੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਜੱਜਾ ਖੁਰਦ ਦੇ ਮੋਟਰਸਾਈਕਲ ਨੰਬਰ PV37E67 ਨੂੰ ਪਟਾਕੇ ਪਾਉਣ ਦੇ ਦੋਸ਼ ਵਿੱਚ ਚਾਲਾ ਕਰਕੇ ਬੰਦ ਕੀਤਾ ਗਿਆ। ਇਸ ਮੋਟਰਸਾਈਕਲ ਦੀ ਕਾਫੀ ਸ਼ਿਕਾਇਤ ਸੀ, ਸਾਰੇ ਬਾਜ਼ਾਰ ਅਪਰੇ ਲੋ ਮਿੰਟ ਮਿੰਟ ਤੇ ਫੋਨ ਜਾਂਦੇ ਸੀ, ਬਹੁਤ ਪਟਾਕੇ ਵੱਜ ਰਹੇ, ਬਹੁਤ ਹੱਲਾਂਗਾ ਹੋ ਰਹੀ ਆ, ਹੁੱਲੜਬਾਜ਼ੀ ਬਹੁਤ ਕਰ ਰਹੇ ਸੀ। ਇਸ ਕਰਕੇ ਅਸੀਂ ਆਏ ਤੇ ਦਰਾਣੇ ਗਸ਼ਤ ਮੋਟਰਸਾਈਕਲ ਫੜਿਆ, ਜੋ ਕਿ ਮੋਟਰਸਾਈਕਲ ਬੰਦ ਕੀਤਾ ਗਿਆ ਵਿਦਾਊਟ ਡਾਕੂਮੈਂਟ। ਕਿਹਦਾ ਹੈ ਜੀ ਇਹ? ਇਹ ਕੋਈ ਮੁੰਡਾ ਜੱਜਿਆਂ ਦਾ ਜੀ। ਨਾ ਪਤਾ ਦਾ ਕੁਛ ਪਤਾ ਕਿ ਨਹੀਂ? ਨਾ ਪਤਾ, ਪਤਾ ਤਾਂ ਹੈਗਾ, ਮੁੰਡੇ ਨੇ ਚਲਾਨ ਕੀਤਾ, ਉੱਧਰ ਦੂਜੀ ਸਾਈਡ ਤੇ ਗਿਆ ਕੁਲਵਿੰਦਰ। ਠੀਕ ਹੈ ਜੀ। ਤੇ ਉਹਦੇ ਕੋਲ ਨਾ ਪਤਾ, ਤੇ ਕਾਫੀ ਇਹਦੀ ਜ਼ਿਆਦਾ ਸ਼ਿਕਾਇਤ ਹੋਈ ਸੀ, ਇਸ ਕਰਕੇ ਬੰਦ ਕੀਤਾ।